ਪੰਜਾਬ ਦੇ ਮਸ਼ਹੂਰ ਕਲਾਕਾਰ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਵਾਈਸ ਪ੍ਰੈਜ਼ੀਡੈਂਟ ਮਲਕੀਤ ਸਿੰਘ ਦਾ ਸ਼ੁੱਕਰਵਾਰ ਦੇ ਰਾਤ ਦੇਹਾਂਤ ਹੋ ਗਿਆ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਮਲਕੀਤ ਸਿੰਘ ਪਿਛਲੇ ਇੱਕ ਮਹੀਨੇ ਤੋਂ ਬਿਮਾਰ ਸੀ ਅਤੇ ਫੋਟੋਜ਼ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਉਹ ਦਿਲ ਦੇ ਮਰੀਜ਼ ਸੀ ਅਤੇ ਹਜੇ ਹਾਲ ਹੀ 'ਚ ਉਹਨਾਂ ਦੀ ਬਾਈਪਾਸ ਸਰਜਰੀ ਵੀ ਹੋਈ ਸੀ, ਪਰ ਦਵਾਈਆਂ ਦੇ ਸੇਵਨ ਤੋਂ ਉਹਨਾਂ ਦੀ ਕਿਡਨੀ ਫੇਲ ਹੋ ਗਈ। ਉਹਨਾਂ ਦੀ ਮ੍ਰਿਤਿਉ ਦੀ ਖਬਰ ਆਉਂਦੇ ਹੀ ਕਲਾਕਾਰਾਂ ਵਿੱਚ ਨਿਰਾਸ਼ਾ ਛਾ ਗਈ। ਉਹਨਾਂ ਦੀ ਪਹਿਚਾਣ ਕਵੀ, ਕਲਾਕਾਰ ਅਤੇ ਸਿਰਫ ਲੇਖਕ ਦੇ ਰੂਪ ਵਿੱਚ ਨਹੀਂ ਬਲਕਿ ਪੰਜਾਬੀ ਸਾਹਿਤ ਵਿੱਚ ਉਹਨਾਂ ਦਾ ਨਾਂ ਬਹੁਤ ਪ੍ਰਸਿੱਧ ਸੀ। ਆਪਣੇ ਜੀਵਨ ਕਾਲ ਵਿੱਚ ਮਲਕੀਤ ਸਿੰਘ ਨੇ ਡਿਜੀਟਲ ਆਰਟ 'ਤੇ ਕਾਫੀ ਕੰਮ ਕੀਤਾ ਅਤੇ ਇੰਨਾ ਹੀ ਨਹੀਂ, ਮਲਕੀਤ ਦੀ ਪੇਂਟਿੰਗਸ ਮਾਨਵੀ ਹਾਲਾਤਾਂ ਨੂੰ ਇੱਕ ਸੁੰਦਰਤਾ ਪ੍ਰਦਾਨ ਕਰਦੀ ਸੀ। ਮਲਕੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਸਥਾਨੀ ਨਾਇਕ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਲਾ ਪ੍ਰਸਿੱਧ ਦੇ ਅਧਿਕਸ਼ ਸੁਰਜੀਤ ਪਾਤਰ ਨੇ ਦੁੱਖ ਜ਼ਾਹਿਰ ਕੀਤਾ। ਉਹਨਾਂ ਨੇ ਕਿਹਾ ਕਿ ਮਲਕੀਤ ਸਿੰਘ ਦੇ ਦੇਹਾਂਤ ਤੋਂ ਕਲਾ ਜਗਤ ਨੂੰ ਇੱਕ ਅੱਛੇ ਕਲਾਕਾਰ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ।